ਇਹ ਉਹੀ ਲੋਕ ਨੇ ਉਹਨਾਂ ਏਜੰਟਾਂ ਦੇ ਠੱਗੇ ਹੋਏ ਜਿਨ੍ਹਾਂ ਬਾਰੇ ਸੀਐਮ ਮਾਨ ਪਿਛਲੇ ਦਿਨੀ ਕਹਿ ਕੇ ਹਟੇ ਨੇ ਕਿ ਮੈਂ ਏਜੰਟਾਂ ਦੇ ਖਿਲਾਫ ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਆਵਾਜ਼ ਰੱਖਦਾ ਰਿਹਾ। ਪਰ ਉਹ ਆਵਾਜ਼ ਦਾ ਹਾਲੇ ਤੱਕ ਅਸਰ ਕਿਉਂ ਨਹੀਂ ਹੋਇਆ, ਜਦਕਿ ਇੱਕ ਐਮ ਪੀ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ 'ਤੇ ਨੇ ਭਗਵੰਤ ਸਿੰਘ ਮਾਨ। ਅੱਜ ਮੰਡੀ ਮੈਨੂੰ ਉਹਨਾਂ ਨੇ 11 ਦਾ ਟਾਈਮ ਦਿੱਤਾ ਸੀਗਾ, ਮੈਂ ਇੱਥੇ ਆਈ ਹੋਈ ਹਾਂ, ਬਟ ਕੋਈ ਵੀ ਨਹੀਂ ਹੈਗਾ, ਅਤੇ ਫਿਰ ਅਸੀਂ ਕਿੱਥੇ ਜਾਈਏ? ਮੇਰੇ 7.5 ਲੱਖ ਰੁਪਏ ਸਾਡਾ 6,82,000 ਰੁਪਏ ਫਸਿਆ। ਕਿੰਨੇ ਟਾਈਮ ਤੋਂ ਫਸਿਆ? 2.5 ਸਾਲ ਹੋ। ਜਦੋਂ ਭਾਨਾ ਅੰਦਰ ਚਲਿਆ ਗਿਆ ਫਿਰ ਭੱਜ ਗਏ। ਹਾਂਜੀ, ਇਹਨਾਂ ਨੇ ਬਿਲਕੁਲ ਇੱਦਾਂ ਹੀ ਕੀਤਾ। ਭਾਨਾ ਸਿੱਧੂ ਨੂੰ ਮੈਂ ਆਪਣੇ ਫੋਨ ਤੋਂ ਗੱਲ ਕਰਵਾਈ ਸੀਗੀ, ਮੇਰੇ ਨਾਲ ਜੋ ਆਏ ਸੀ ਉਹਨਾਂ ਨੇ ਗੱਲ ਕੀਤੀ ਸੀ, ਸਾਹਮਣੇ ਬੈਠ ਕੇ ਗੱਲ ਹੋਈ ਸੀ। ਬਾਅਦ ਵਿੱਚ 2 ਦਿਨ ਦਾ ਇਹਨਾਂ ਨੇ ਸਮਾਂ ਮੰਗਿਆ, ਪਰ ਜਦ 2 ਦਿਨ ਬਾਅਦ ਆਏ ਤਾਂ ਵੀਰੇ ਦੇ ਉੱਤੇ ਕੇਸ ਪੈ ਗਿਆ ਸੀ ਅਤੇ ਇਹ ਭੱਜ ਗਏ ਇੱਥੋਂ। ਭਾਨਾ ਸਿੱਧੂ ਗਲਤ ਬੋਲਦਾ, ਗਲਤ ਕਰਦਾ, ਸਰਕਾਰ ਆਪੇ ਕਰੂ, ਤੁਸੀਂ ਸਰਕਾਰ ਕੋਲੇ ਜਾਓ, ਤੁਸੀਂ ਪੁਲਿਸ ਕੋਲੇ ਜਾਓ। ਸਰਕਾਰ ਕੁਛ ਵੀ ਨਹੀਂ ਕਰ ਰਹੀ, ਹੁਣ ਅਸੀਂ ਜੇ ਕੇਸ ਵੀ ਕਰਦੇ ਹਾਂ ਤਾਂ ਵੀ ਸਰਕਾਰਾਂ ਬਿਲਕੁਲ ਹਥਾਪੀ ਬੈਠੀਆਂ ਨੇ, ਉਹਨਾਂ ਨੂੰ ਕੋਈ ਮਸਲਾ ਨਹੀਂ ਗਾ ਚਾਹੇ ਕਿਹਦੇ ਕਿੰਨੇ ਡੁੱਬੇ ਆ, ਕਿਹਦੇ ਕਿੰਨੇ ਨਹੀਂ ਡੁੱਬੇ, ਸਾਰੇ ਆਪਣੇ ਪੈਸੇ ਬਣਾਉਣ 'ਤੇ ਲੱਗੇ ਹੋਏ ਆ। ਮੇਨ ਜਿਹੜਾ ਬੰਦਾ ਉੱਠਦਾ ਉਹਨੂੰ ਦਬਾ ਕੇ ਨੀਚੇ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਡੀ ਇਹ ਬੇਨਤੀ ਕਿ ਭਾਨੇ ਨੂੰ ਹੀ ਵਾਪਸ ਲਿਆਂਦਾ ਜਾਵੇ ਜਾਂ ਫਿਰ ਪੁਲਿਸ ਸਾਡਾ ਕੁਛ ਨਾ ਕੁਛ ਕਰੇ। ਉਹਨਾਂ ਨੇ ਕਾਲ ਕੀਤੀ ਸੀ, ਉਹਨਾਂ ਦੇ ਕਾਲ ਤੋਂ ਨੈਕਸਟ ਡੇ ਬਾਅਦ ਹੀ ਭਾਨਾ ਸਿੱਧੂ ਵੀਰ ਦੇ ਇਹਨਾਂ ਨੇ ਸਾਡੇ ਨਾਲ ਕਿਹਾ ਸੀ ਕਿ ਅਸੀਂ ਕੋਈ ਨਾ ਕੋਈ ਸੈਟਲਮੈਂਟ ਕਰਾਂਗੇ। ਹੁਣ ਅੱਜ ਉਹ ਅੰਦਰ ਹੈ, ਨੈਕਸਟ ਡੇ ਮੁੱਕਰ ਗਏ, ਤਾਂ ਹੁਣ ਅਸੀਂ ਕਿਹਦੇ 'ਤੇ ਯਕੀਨ ਕਰੀਏ? ਦੱਸੋ, ਪ੍ਰੈਸ਼ਰ ਵੀ ਭਾਨੇ ਦੇ ਕਰਕੇ ਪਿਆ। ਭਾਨੇ ਨੇ ਗੱਲ ਕੀਤੀ ਤਾਂ ਹੀ ਏਜੰਟ ਆਪਣਾ ਕੰਮ ਛੱਡ ਕੇ ਭੱਜਣ ਨੂੰ ਤਿਆਰ ਹੋਇਆ ਤਾਂ ਕਿ ਉਹਦਾ ਇੱਥੇ ਜਲੂਸ ਨਾ ਨਿਕਲੇ, ਤਾਂ ਕਿ ਲਾਈਵ ਹੋ ਕੇ ਭਾਨਾ ਉਹਨਾਂ ਦੀਆਂ ਖਬਰਾਂ ਨਾ ਉਡਾ ਦੇਵੇ। ਜਾਂ ਤਾਂ ਭਾਨੀ ਵੀਰੇ ਨੂੰ ਬਾਹਰ ਕੱਢਿਆ ਜਾਵੇ ਜਾਂ ਫਿਰ ਸਰਕਾਰ ਖੁਦ ਇਹ ਇਸ ਚੀਜ਼ ਨੂੰ ਉੱਤੇ ਵੱਲ ਧਿਆਨ ਦੇਵੇ ਅਤੇ ਸਾਡਾ ਮਸਲਾ ਹੱਲ ਕਰੇ। 25 ਮੈਂਬਰਾਂ ਦੀ ਇੱਕ ਲਿਸਟ ਬਣਾਈ ਹੈ, ਇਹਦੇ 'ਚ ਆਪਾਂ ਜਿਹੜੇ ਇੱਥੇ ਬੈਠੇ ਹਾਂ ਸਾਰੇ 25 ਬੰਦੇ ਹੈਗੇ ਹਾਂ। ਇਹ ਤਕਰੀਬਨ ਅਸੀਂ ਜੋੜ ਲਗਾਇਆ, ਘੱਟ ਤੋਂ ਘੱਟ 1.5 ਤੋਂ 2 ਕਰੋੜ ਰੁਪਇਆ ਮਤਲਬ ਕਿ ਇਹਨਾਂ ਨੇ ਸਾਡੇ 25 ਮੈਂਬਰਾਂ ਤੋਂ ਲੈ ਲਿਆ ਹੋਇਆ। ਸਰਕਾਰ ਨੂੰ ਬੇਨਤੀ ਆ, ਜਿਹੜੀ ਸਰਕਾਰ ਕਹਿੰਦੀ ਹੈ ਕਿ ਲੋਕ ਸਾਡੇ ਕੋਲ ਆਉਣ, ਸਰਕਾਰ ਹੱਲ ਕਰੇਗੀ, ਪੁਲਿਸ ਹੱਲ ਕਰੇਗੀ, ਤਾਂ 25 ਮੈਂਬਰਾਂ ਦੇ ਪੈਸੇ ਨੇ ਇੱਕੋ ਫਰਮ ਨੇ ਦੱਬੇ ਹੋਏ। ਮੋਹਾਲੀ ਸੈਕਟਰ 82 ਦੇ ਵਿੱਚ ਇਹ ਫਰਮ 1.5 ਤੋਂ 2 ਕਰੋੜ ਰੁਪਏ ਦਾ ਅਮਾਊਂਟ ਆ ਜਿਹੜਾ ਇਕੱਲੇ ਇਕੱਲੇ ਦਾ ਨਾਮ ਅਤੇ ਨੰਬਰ ਅਤੇ ਪੈਸੇ ਲਿਖੇ ਹੋਏ ਨੇ। ਤਾਂ ਇਹ ਸਾਰੇ ਹੁਣ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਸਰਕਾਰ ਪੈਸੇ ਦਵਾਵੇ ਭਾਨਾ ਸਿੱਧੂ ਅੰਦਰਾ, ਹੁਣ ਅਸੀਂ ਉਹਦੇ ਕੋਲ ਹੀ ਜਾਵਾਂਗੇ, ਹੁਣ ਅਸੀਂ ਸਰਕਾਰ ਕੋਲ ਆਵਾਂਗੇ, ਹੁਣ ਸਰਕਾਰ ਪੈਸੇ ਦਵਾਵੇ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਗਗਨਦੀਪ ਬਟੋਲ। ਇਸ ਵੇਲੇ ਅਸੀਂ ਮੋਹਾਲੀ ਦੇ ਸੈਕਟਰ 82 ਦੇ ਵਿੱਚ ਖੜ੍ਹੇ ਹਾਂ, ਤਾਂ ਮੇਰੇ ਪਿੱਛੇ ਤੁਹਾਨੂੰ ਬਹੁਤ ਸਾਰਾ ਇਕੱਠ ਨਜ਼ਰ ਆਊਗਾ। ਕੌਣ ਨੇ ਉਹ ਲੋਕ? ਇਹ ਉਹੀ ਲੋਕ ਨੇ ਏਜੰਟਾਂ ਦੇ ਮਾਰੇ ਹੋਏ, ਏਜੰਟਾਂ ਦੇ ਨਹੀਂ, ਠੱਗ ਏਜੰਟਾਂ ਦੇ। ਏਜੰਟਾਂ ਦੇ ਵਿੱਚੋਂ ਕੁਛ ਕੁ ਠੱਗ ਏਜੰਟ ਹੁੰਦੇ ਨੇ, ਉਹ ਇਹਨਾਂ ਦੇ ਪੈਸੇ ਲੈ ਕੇ ਭੱਜੇ ਨੇ, ਤਾਂ ਅਜਿਹੇ ਸਾਰੇ ਲੋਕ ਮੋਹਾਲੀ ਇਕੱਠੇ ਹੋਏ ਨੇ। ਸਾਨੂੰ ਇਹਨਾਂ ਦੀ ਕਾਲ ਆਉਂਦੀ ਆ ਕਿ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਹਾਂ। ਇਹ ਉਹੀ ਲੋਕ ਨੇ ਉਹਨਾਂ ਏਜੰਟਾਂ ਦੇ ਠੱਗੇ ਹੋਏ ਜਿਨ੍ਹਾਂ ਬਾਰੇ ਸੀਐਮ ਮਾਨ
ਪਿਛਲੇ ਦਿਨੀ ਕਹਿ ਕੇ ਹਟੇ ਨੇ ਕਿ ਮੈਂ ਏਜੰਟਾਂ ਦੇ ਖਿਲਾਫ ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਆਵਾਜ਼ ਰੱਖਦਾ ਰਿਹਾ, ਪਰ ਉਹ ਆਵਾਜ਼ ਦਾ ਹਾਲੇ ਤੱਕ ਅਸਰ ਕਿਉਂ ਨਹੀਂ ਹੋਇਆ? ਜਦਕਿ ਇੱਕ ਐਮ ਪੀ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ 'ਤੇ ਨੇ ਭਗਵੰਤ ਸਿੰਘ ਮਾਨ, ਤਾਂ ਗੱਲਬਾਤ ਇਹਨਾਂ ਲੋਕਾਂ ਦੇ ਨਾਲ ਕਰਾਂਗੇ ਤਾਂ ਪੁੱਛਾਂਗੇ ਇਹਨਾਂ ਨੂੰ ਕਿ ਕਿੰਨੇ ਕਿੰਨੇ ਪੈਸੇ ਇਹਨਾਂ ਦੇ ਜਿਹੜੇ ਠੱਗੇ ਗਏ ਨੇ ਅਤੇ ਕਿਵੇਂ ਕਿਵੇਂ ਸਾਰੀ ਠੱਗੀ ਇਹਨਾਂ ਦੇ ਨਾਲ ਹੋਈ ਆ, ਕਿੰਨੇ ਕਿੰਨੇ ਟਾਈਮ ਤੋਂ ਇਹਨਾਂ ਦੇ ਪੈਸੇ ਫਸੇ ਸੀ, ਤਾਂ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ। ਬਾਈ ਜੀ, ਨਾਮ ਕੀ ਤੁਹਾਡਾ? ਦਲਜੀਤ ਸਿੰਘ ਨਾਮ ਹੈ ਜੀ ਮੇਰਾ। ਕਿੱਥੋਂ ਬਾਈ ਸਾਹਮਣੇ ਆ ਜਾਓ, ਕਿੱਥੋਂ ਆਇਓ, ਉੱਧਰ ਕੈਮਰੇ ਵਾਲ ਫੇਸ ਕਰ ਲਓ, ਕਿੱਥੋਂ ਆਇਓ, ਕਿਹੜੀ ਜਗ੍ਹਾ ਤੋਂ? ਫਿਰੋਜ਼ਪੁਰ ਤੋਂ ਬਿਲੋਂਗ ਕਰਦੇ ਡਿਸਟ੍ਰਿਕਟ ਤੋਂ ਜੀ। ਕੀ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ, ਕਿਵੇਂ ਪੈਸੇ ਦਿੱਤੇ ਸੀ ਇਹਨਾਂ ਨੂੰ? ਸਰ, ਅਸੀਂ ਕਰੀਬ 2022 ਦੀ ਗੱਲ ਹੈ ਜੀ, ਅਪ੍ਰੈਲ ਦੀ, ਉਦੋਂ ਅਸੀਂ ਇਹਨਾਂ ਕੋਲ ਪਹੁੰਚੇ ਸੀਗੇ ਅਤੇ ਇਹਨਾਂ ਦੀ ਐਡ ਦੇਖ ਕੇ, ਐਡ ਦੇ ਵਿੱਚ ਇਹਨਾਂ ਨੇ ਸਾਨੂੰ ਪਹਿਲਾਂ ਦਿਖਾਇਆ ਕਿ ਸਾਡੇ ਕੋਲ ਗੌਰਮੈਂਟ ਲਾਇਸੈਂਸ ਹੈ, ਔਰ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਇਹ ਕਿਹਾ ਵੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਡਾ ਪ੍ਰੂਫ ਕੀ ਹੈ, ਕਿਸ ਬੇਸਿਸ ਅਸੀਂ ਮੰਨੀਏ ਕਿ ਤੁਸੀਂ ਇੱਕ ਅਥੈਂਟੀਕੇਟਡ ਜਿਹੜੀ ਇਮੀਗ੍ਰੇਸ਼ਨ ਸਿਸਟਮ ਰਨ ਕਰ ਰਹੇ ਹੋ? ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਤੁਹਾਨੂੰ GST ਬਿੱਲ ਦੇਵਾਂਗੇ, ਸਾਡਾ GST ਰਜਿਸਟ੍ਰੇਸ਼ਨ ਨੰਬਰ ਹੈ, ਤੁਸੀਂ ਚੈੱਕ ਕਰ ਸਕਦੇ ਹੋ, ਸਾਡੇ ਪਰਸਨ ਦੇ ਨਾਮ ਦੇ ਉੱਪਰ ਹੈ। ਔਰ ਅਸੀਂ ਫਿਰ ਇੱਕ ਇਮੀਗ੍ਰੇਸ਼ਨ, ਇੱਕ ਜਿਹੜਾ ਸਿਟੀਜ਼ਨ ਹੈ ਉਸੇ ਇਮੀਗ੍ਰੇਸ਼ਨ ਏਜੰਟ ਕੋਲ ਜਾਂਦਾ ਸਰ, ਜਿਹੜਾ ਗੌਰਮੈਂਟ ਦੇ ਥਰੂ ਮਾਨਤਾ ਪ੍ਰਾਪਤ ਹੈ, ਕਿਉਂਕਿ ਅਸੀਂ ਅਕਸਰ ਗੌਰਮੈਂਟ ਵੀ ਬੋਲਦੀ ਹੈ ਕਿ ਸਾਡੇ ਮਾਨਤਾ ਪ੍ਰਾਪਤ ਏਜੰਟ ਤੋਂ ਜਾਓ, ਇਹ ਗੌਰਮੈਂਟ ਤੋਂ ਮਾਨਤਾ ਪ੍ਰਾਪਤ ਏਜੰਸੀ ਹੈ, ਇਹਨਾਂ ਦਾ ਲਾਇਸੈਂਸ ਨੰਬਰ ਹੈ ਮੇਬੀ ਸ਼ਾਇਦ 424, ਔਰ ਉਹ ਵੀ ਪਰਸਨ ਦੇ ਰਜਿਸਟਰਡ ਹੈ, ਔਰ ਜਿਸ ਪਰਸਨ ਦੇ ਲਾਇਸੈਂਸ ਨੰਬਰ ਰਜਿਸਟਰਡ ਹੈ ਉਸੇ ਪਰਸਨ ਦੇ ਉੱਪਰ ਹੀ ਇਹਨਾਂ ਦਾ GST ਨੰਬਰ ਰਜਿਸਟਰਡ ਹੈ। ਤਾਂ ਇਹੀ ਸਾਡੇ ਲਈ ਸਭ ਤੋਂ ਵੱਡੀ ਗੱਲ ਸੀਗੀ ਕਿ ਇਹ ਜਿਹੜੀ ਏਜੰਸੀ ਹੈ ਇਹ ਜੈਨੂਅਨ ਹੈ, ਔਰ ਉਸ ਤੋਂ ਬਾਅਦ ਇਹਨਾਂ ਨੇ ਚੈੱਕ ਦੇ ਥਰੂ ਸਾਡੇ ਕੋਲ ਪੇਮੈਂਟ ਲਈ ਹੈ, 6 ਤੋਂ 8 ਮਹੀਨੇ ਤੱਕ ਸਾਨੂੰ ਇਹ ਨੋਰਮਲ ਡਾਕੂਮੈਂਟਸ ਦਿੰਦੇ ਰਹੇ ਹੈ। ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ ਜਿੱਥੋਂ ਥੋੜ੍ਹਾ ਡਾਊਟ ਹੋਇਆ, ਲੇਕਿਨ ਪਿਛਲੇ 15 ਦਿਨਾਂ ਤੋਂ ਇਹਨਾਂ ਨੇ ਫੋਨ ਚੱਕਣਾ ਬੰਦ ਕਰ ਦਿੱਤਾ ਹੈ। ਸਡਨਲੀ ਸਾਡੇ ਜਿਹੜੇ ਹੋਰ ਪਰਸਨ ਜਿਹਨਾਂ ਨੇ ਫਾਈਲਸ ਲਗਾਈਆਂ ਹੋਣਗੇ ਉਹ ਪਹੁੰਚੇ ਇੱਥੇ, ਔਰ ਉਹਨਾਂ ਨੂੰ ਪਤਾ ਲੱਗਾ ਕਿ ਇੱਥੋਂ ਜਾ ਚੁੱਕੇ ਆ ਜੀ। ਔਰ ਸਾਨੂੰ ਸੁਣਨ 'ਚ ਆਇਆ ਇਹਦੀਆਂ ਹੋਰ ਵੀ ਏਜੰਸੀਜ਼ ਹੈ ਜਿਹੜੀਆਂ ਮਤਲਬ ਇਸ ਤਰ੍ਹਾਂ ਦਾ ਫਰੋਡ ਕਰਕੇ 7C ਸੈਕਟਰ ਦੇ ਵਿੱਚ ਹੈ, ਹੁਣ ਕਹਿ ਰਹੇ ਕਿ ਉਹ ਵੀ ਇਹਨਾਂ ਦੇ ਨਾਲ ਐਸੋਸੀਏਟਡ ਹੀ ਹੈ। ਤਾਂ ਗੌਰਮੈਂਟ ਨੂੰ ਸਰ ਅਸੀਂ ਇਹ ਕਹਿਣਾ ਚਾਹੁੰਦੇ ਵੀ ਸਾਡੀ ਸੁਣਵਾਈ ਕਿੱਥੇ ਹੈ? ਹੁਣ ਇੱਕ ਪਾਸੇ ਆਪਾਂ ਕਹਿ ਦਿੰਦੇ ਕਿ ਭਾਨਾ ਸਿੱਧੂ ਵਰਗੇ ਜੇ ਉਹ ਲੀਗਲੀ ਜਾਂ ਇਨਲੀਗਲੀ ਜੋ ਵੀ ਗੌਰਮੈਂਟ ਕਹਿੰਦੀ ਹੈ ਉਹ ਨਾਲ ਤੁਰਦੇ ਹੈ, ਤਾਂ ਹੁਣ ਉਹ ਪਰਸਨ ਅਸੀਂ ਕਿਹਨਾਂ ਕੋਲ ਜਾਈਏ? ਸਾਡੀ ਸੁਣਵਾਈ ਨਹੀਂ ਹੋ ਰਹੀ, ਤਾਂ ਅਸੀਂ ਗੌਰਮੈਂਟ ਅੱਗੇ ਪੱਖ ਰੱਖਦੇ ਵੀ ਜੇ ਤੁਸੀਂ ਇਹ ਚੀਜ਼ ਜ਼ਿੰਮੇਵਾਰੀ ਲੈਂਦੇ ਹੋ ਤਾਂ ਹੁਣ ਤੁਸੀਂ ਅੱਗੇ ਆ ਕੇ ਸਾਡਾ ਸਿਸਟਮ ਹੱਲ ਕਰੋ, ਅਦਰਵਾਈਜ਼ ਸਾਡਾ ਤਾਂ ਕੋਈ ਬਾਂਹ ਫੜਨ ਵਾਲਾ ਨਹੀਂ, ਫਿਰ ਸਾਡਾ ਇੱਥੇ ਸਿਟੀਜ਼ਨ ਹੋਣ ਦਾ ਫਾਇਦਾ ਕੀ ਹੈ ਦੇਸ਼ ਦੇ ਵਿੱਚ? ਨਹੀਂ, ਉਹ ਤਾਂ ਮੁੱਖ ਮੰਤਰੀ ਪਿਛਲੇ ਦਿਨ ਸੀ, ਉਹਨਾਂ ਦਾ ਭਾਸ਼ਣ ਸੁਣਾਓ, ਕਹਿ ਕੇ ਹਟੇ ਨੇ, ਕਹਿੰਦੇ ਮੈਂ ਤਾਂ ਉਦੋਂ ਦਾ ਇਹਨਾਂ ਜਿਹੜੇ ਗਲਤ ਏਜੰਟ ਨੇ ਉਹਨਾਂ ਖਿਲਾਫ਼ ਆਵਾਜ਼ ਚੱਕਦੇ ਰਿਹਾ ਲੋਕ ਸਭਾ 'ਚ, ਜਦੋਂ ਮੈਂ MP ਹੁੰਦਾ ਸੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਆਵਾਜ਼ ਇਹਨਾਂ ਖਿਲਾਫ਼ ਮੈਂ ਚੱਕੀ ਹੈਗੀ, ਤਾਂ ਹੁਣ ਤੁਸੀਂ ਸਰਕਾਰ ਤੱਕ ਕੋਈ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਅਤੇ ਦੂਜੇ ਜਦੋਂ ਕੋਈ ਭਾਨਾ ਸਿੱਧੂ ਵਰਗਾ ਮੁੰਡਾ ਅੱਗੇ ਆਉਂਦਾ ਗਾ ਤਾਂ ਪੁਲਿਸ ਕਹਿੰਦੀ ਆ ਵੀ ਇਹ ਕਾਨੂੰਨ ਹੱਥ 'ਚ ਲੈਂਦੇ ਨੇ, ਪੁਲਿਸ ਕਾਹਦੇ ਵਾਸਤੇ ਤੁਸੀਂ ਪੁਲਿਸ ਕੋਲੇ ਜਾਓ? ਕੀ ਤੁਸੀਂ ਸਰਕਾਰ ਕੋਲੇ ਗਏ ਜਾਂ ਪੁਲਿਸ ਕੋਲੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ? ਹਾਂਜੀ ਸਰ, ਸਾਡੇ ਜਿੱਦਾਂ ਸੁਣਨ 'ਚ ਆਇਆ ਅਸੀਂ ਤਾਂ ਅੱਜ ਹੀ ਆਏ ਹਾਂ, ਹੁਣ FIR ਦਰਜ ਕਰਵਾਉਣ ਲਈ ਅਸੀਂ ਕੋਸ਼ਿਸ਼ ਕਰਾਂਗੇ ਅੱਜ, ਲੇਕਿਨ ਸਾਡੇ ਤੋਂ ਪਹਿਲਾਂ ਜਿਹੜਾ ਗਰੁੱਪ ਆਇਆ ਉਹਨਾਂ ਦੇ ਬਿਆਨ ਵਗੈਰਾ ਦਰਜ ਹੋਏ ਨੇ, ਉਹਨਾਂ ਸਾਡੇ ਵਿੱਚ ਹੈਗੇ ਨੇ, ਉਹਨਾਂ ਨਾਲ ਵੀ ਗੱਲ ਹੋਈ ਹੈ, ਉਹ ਵੀ ਕਹਿ ਰਹੇ ਕਿ ਸਾਡੇ ਬਿਆਨ ਦਰਜ ਹੋਏ ਨੇ ਅਤੇ ਗੌਰਮੈਂਟ ਸਾਨੂੰ ਇਹ ਕਹਿ ਰਹੀ ਹੈ। ਤਾਂ ਅਸੀਂ CM ਸਾਹਿਬ ਨੂੰ ਵੀ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਆਨਰੇਬਲ CM ਸਾਹਿਬ ਨੂੰ, ਕਿ ਸਾਡੀ ਤੁਸੀਂ ਯੂ ਸ਼ੁੱਡ ਟੇਕ ਬੈਸਟ ਫੁੱਟ ਫਾਰਵਰਡ ਇਨ ਦਿਸ ਕੰਸਰਨ, ਸੋ ਤਾਂ ਹੀ ਇਸ ਚੀਜ਼ ਦਾ ਹੱਲ ਹੋ ਸਕਦਾ, ਤਾਂ ਹੀ ਆਪਣੀ ਸਰਕਾਰ ਦੇ ਉੱਪਰ ਜਿਹੜੇ ਸਿਟੀਜ਼ਨ ਉਹਦਾ ਵਿਸ਼ਵਾਸ ਪੱਕਾ ਹੋ ਸਕਦਾ ਕਿ ਵਾਕਿਆ ਜੋ ਕਿਹਾ ਗਿਆ ਉਹ ਕਰਨ ਦੇ ਲਈ ਸਾਡੀ ਸਰਕਾਰ ਜਿਹੜੀ ਸਮਰੱਥ ਵੀ ਹੈ। ਬਾਈ, ਤੁਹਾਡੇ ਕਿੰਨੇ ਪੈਸੇ? ਸਾਡੇ ਵੀ ਤਕਰੀਬਨ 2.5 ਲੱਖ ਰੁਪਈਆ ਹੈਗਾ ਜੀ, ਅਤੇ ਮੇਰੇ ਫਰੈਂਡ ਨੇ ਉਹਨਾਂ ਦੇ ਵੀ ਮਤਲਬ PR ਦੇ ਨਾਂ 'ਤੇ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਸਟਾਰਟਅਪ। ਬਾਈ, ਤੁਹਾਡੇ ਕਿੰਨੇ ਪੈਸੇ? ਮੈਂ ਸਰ ਮੇਰੇ ਬੇਟੇ ਦੀ ਫਾਈਲ ਲਾਈ ਸੀਗੀ, ਸਾਡਾ 6,82,000 ਰੁਪਏ ਫਸਿਆ। ਕਿੰਨੇ ਟਾਈਮ ਤੋਂ ਫਸਿਆ ਹੋਇਆ? 2.5 ਸਾਲ ਹੋ ਗਏ। ਅਤੇ ਜਦੋਂ ਇੱਥੇ ਆਉਂਦੇ ਉਦੋਂ ਕੀ ਕਹਿੰਦੇ ਨੇ? ਉਦੋਂ ਪਹਿਲਾਂ ਤਾਂ ਬਸ ਗੱਲਬਾਤ ਚੱਲਦੀ ਰਹੀ ਆ, ਕਦੇ ਕੋਈ ਮਤਲਬ ਕੋਈ ਨਾ ਕੋਈ ਕਾਗਜ਼ ਪੱਤਰ ਦਿਖਾਉਂਦੇ ਰਹਿੰਦੇ ਸੀ ਵੀ ਆਹ ਹੋ ਗਿਆ ਤੁਹਾਡਾ, ਆਹ ਕੰਮ ਹੋ ਗਿਆ। ਹੁਣ ਅਸੀਂ ਦੇਖ ਰਹੇ ਹਾਂ ਵੀ 1 ਮਹੀਨੇ ਤੋਂ ਬਿਲਕੁਲ ਹੀ ਕੰਮ ਠੱਪ ਹੈ, ਕੁਛ ਨਹੀਂ। ਹੁਣ ਇੱਥੇ ਮਿਲਦੇ ਤੁਹਾਨੂੰ, ਗੱਲਬਾਤ ਕਰਦੇ? ਹੁਣ ਤਾਂ ਕੁਛ ਵੀ ਨਹੀਂ ਮਿਲ ਰਿਹਾ, ਨਾ ਕੋਈ ਫੋਨ ਚੱਕ ਰਿਹਾ, ਕੁਛ ਨਹੀਂ ਕਰ ਰਹੇ ਹੈਗੇ। ਆਪ ਹੈਗੇ ਇੱਥੇ ਅੰਦਰ? ਅੰਦਰ ਬੰਦ ਨੇ ਜੀ, ਤਾਲੇ ਲੱਗੇ ਹੋਏ ਨੇ। ਛੱਡ ਕੇ ਭੱਜ ਗਏ? ਛੱਡ ਕੇ ਭੱਜ ਗਏ ਜੀ। ਹਾਂਜੀ।
ਤੇ ਤੁਸੀਂ ਕਿੱਥੋਂ ਆ ਬਾਈ ਜੀ? ਮੈਂ ਬਨੂੜ ਤੋਂ ਬਿਲੋਂਗ ਕਰਦਾ ਜੀ। ਕਿੰਨੇ ਪੈਸੇ ਤੁਹਾਡੇ? ਮੇਰੇ 7.5 ਲੱਖ ਰੁਪਈਆ ਜੀ। ਤੁਹਾਡਾ ਸਾਰਿਆਂ ਦਾ, ਸਾਰਿਆਂ ਦੇ ਪੈਸੇ ਇੱਕੋ ਫਰਮ? ਇੱਕੋ ਫਰਮ? ਹਾਂਜੀ, ਇੱਕੋ ਫਰਮ ਜੀ, ਚੈੱਕ ਦੇ ਥਰੂ ਦਿੱਤੇ ਹੋਏ ਆ ਜੀ। ਸਾਰਿਆਂ ਦੀ ਸੇਮ ਹੀ ਕਹਾਣੀ ਹੈ ਜੀ। 2-2.5 ਸਾਲ ਤੋਂ ਤਕਰੀਬਨ 4 ਦਿਨ ਪਹਿਲਾਂ ਵੈਸੇ ਗੱਲ ਹੋਈ ਹੈ ਮੇਰੀ ਉਹਨਾਂ ਨਾਲ। ਉਹ ਕਹਿੰਦੇ ਮੰਡੇ ਆ ਜਾਓ। ਹੁਣ ਮੰਡੇ ਇਹ ਵੀ ਕਾਫੀਆਂ ਨੂੰ ਫੋਨ ਗਏ ਆ ਜੀ, ਬੁਲਾਏ ਹੋਏ ਆ, ਲੇਕਿਨ ਅੱਜ ਇੱਥੇ ਹੈ ਨਹੀਂ ਜੀ ਕੋਈ। ਅੱਜ ਮੰਡੇ ਦਾ ਸਮਾਂ ਦੇ ਕੇ ਛੱਡ ਕੇ ਭੱਜ? ਹਾਂਜੀ ਹਾਂਜੀ ਹਾਂਜੀ, ਮਤਲਬ ਹੈ ਕੋਈ ਨਹੀਂ ਇੱਥੇ। ਬਾਪੂ ਜੀ ਤੁਹਾਡੇ ਕਿੰਨੇ ਜਾਣਾ ਸੀ ਬਾਹਰ? ਮੇਰੇ ਰਿਸ਼ਤੇਦਾਰ, ਕੋਈ ਮੇਰਾ ਭਾਣਜਾ, ਕੋਈ ਕੁਛ ਲੱਗਦਾ, ਰਿਸ਼ਤੇਦਾਰ ਸਾਰੇ ਮੇਰੇ ਹੈਗੇ ਨੇ। ਕਿੰਨੇ ਜਾਣੇ ਨੇ? ਮਾਰਚ ਮਹੀਨੇ ਅਸੀਂ ਐਡ ਦੇਖੀ ਟੀਵੀ ਤੇ। ਮੈਂ ਸਰਕਾਰ ਦੇ ਬਾਰੇ ਜਾਣ ਡਿਆ ਕਿ ਇੱਕ ਠੱਗਾਂ ਦੀ ਐਡ ਪੜ੍ਹ ਕੇ ਜਨਤਾ ਸਾਰੀ ਗੁੰਮਰਾਹ ਹੋਈ ਆ। ਇੱਕ ਠੱਗਾਂ ਦੀ ਜਿਹੜੀ ਸਰਕਾਰ ਕਮਿਸ਼ਨ ਲੈ ਕੇ, ਟੈਕਸ ਲੈ ਕੇ, ਪੈਸੇ ਲੈ ਕੇ ਠੱਗਾਂ ਨੂੰ ਪ੍ਰਮੋਟ ਕਰਦੀ ਪਈ ਗੌਰਮੈਂਟ। ਭਲੇ ਮਾਸ ਲੋਕ ਨੇ, ਅਸੀਂ ਖਬਰਾਂ ਦੇ ਯਕੀਨ ਕਰਦੇ ਹਾਂ, ਖਬਰਾਂ ਦੇ ਯਕੀਨਕਾਂ 'ਤੇ ਅਸੀਂ ਫਸ ਗਏ ਕਿ ਯਾਰ ਟੀ ਵੀ 'ਤੇ ਖਬਰ ਆ ਰਹੀ ਹੈ, ਟੀ ਵੀ 'ਤੇ ਐਡ ਆ ਰਹੀ ਹੈ, ਬਹੁਤ ਹੀ ਵਧੀਆ ਹੋ ਰਿਹਾ, ਲੈ ਆਪਾਂ ਬੱਚੇ ਇੱਥੇ ਭੇਜੀਏ। ਬਸ ਉੱਥੇ ਝਾਂਸੇ 'ਤੇ ਸਾਰੇ ਫਸ ਗਏ ਹਾਂ। ਸਾਡਾ ਵੀ 11-12 ਲੱਖ ਰੁਪਈਆ ਸਾਡਾ ਹੈਗਾ ਜੀ। ਹਾਂਜੀ ਹਾਂਜੀ। ਹੁਣ ਫਿਰ ਜਿਵੇਂ ਬਾਈ ਨੇ ਦੱਸਿਆ, ਤੁਸੀਂ ਵੀ ਉੱਪਰ ਜਾ ਕੇ ਦੇਖਿਆ ਹੈਗੇ? ਉੱਪਰ ਤਾਂ ਜਾਂ ਹੁਣ ਅਸੀਂ ਜਾਵਾਂਗੇ ਅਤੇ ਜਾਂ ਫਿਰ ਸਰਕਾਰ ਉੱਪਰ ਜਾਏਗੀ, ਜੋ ਸਾਡੇ ਹਾਲਾਤ ਬਣ ਗਏ ਨੇ। ਕੋਈ ਸਾਡਾ ਘੱਟੋ ਘੱਟ ਸਾਰੇ ਸੱਜਣਾ 5-4 ਕਰੋੜ ਰੁਪਈਆ ਫਸ ਗਿਆ ਲੱਗਦਾ, ਜੇ ਮੋਟਾ ਮੋਟਾ ਅੰਦਾਜ਼ਾ। ਮੈਂ ਕਹਿੰਦਾ ਜਦੋਂ ਤੁਸੀਂ ਉੱਪਰ ਉਹਨਾਂ ਦੇ ਆਫਿਸ ਉੱਪਰ ਜਾ ਕੇ ਦੇਖਿਆ ਹੈਗੇ ਉਹ ਨਾ ਦਰਵਾਜ਼ਾ? ਪਰਸੋਂ ਵੀਰਵਾਰ ਅਸੀਂ ਆਏ ਸੀ ਤਾਂ ਦਰਵਾਜ਼ਾ ਅੰਦਰੋਂ ਲੋਕ ਸੀ, ਸ਼ਟਰ ਚੱਕਿਆ ਹੋਇਆ ਸੀ। ਤਾਂ ਮੈਂ ਵੀ ਕੋਈ ਨਾ ਕੋਈ ਨੇੜੇ ਤੇੜੇ ਹੋਣਾ ਉਹਨਾਂ ਦਾ ਚੇਲਾ ਬਾਲਕਾ, ਕਿ ਉਹ ਜਦੋਂ ਚੱਲ ਜਾਂਦੇ ਸੀ ਸਾਰੇ ਦਰਵਾਜ਼ਾ ਲਾ ਦਿੰਦੇ। ਪਰੇਸ਼ਾਨ ਕਰਨ ਲੱਗ ਗਏ, ਜਦ ਪੁੱਛਦੇ ਸੀਗੇ ਕਾਲਸ ਬਹੁਤ 20-20 ਵਾਰ ਕਾਲ ਕਰਨੀ ਤਾਂ ਜਾ ਕੇ ਇੱਕ ਕਾਲ ਅਟੈਂਡ ਕਰਦੇ ਸੀਗੇ, ਜਦ ਵੀ ਵਿਜ਼ਿਟ ਕਰਨਾ ਕੋਈ ਨਾ ਕੋਈ ਬਹਾਨਾ ਲਗਾ ਕੇ ਛੱਡ ਦਿੰਦੇ ਸੀ। ਲਾਸਟ ਮੈਂ ਭਾਨੇ ਵੀਰੇ ਦੇ ਨਾਲ ਕੰਟੈਕਟ ਕੀਤਾ ਸੀ, ਉਹਨਾਂ ਦੇ ਨਾਲ ਗੱਲ ਕਰਵਾਈ ਸੀ, ਉਹਨਾਂ ਨੇ ਕਾਫੀ ਸਾਥ ਦਿੱਤਾ ਸੀ, ਬਟ ਬਾਅਦ ਵਿੱਚ ਸਰਕਾਰਾਂ ਨੇ ਵੀਰੇ ਨੂੰ ਹੀ ਫਸਾ ਦਿੱਤਾ ਕਿਸੇ ਝੂਠੇ ਪਰਚੇ ਵਿੱਚ। ਮੇਰੀ ਇਹੀ ਬੇਨਤੀ ਕਿ ਜਾਂ ਤਾਂ ਭਾਨੇ ਵੀਰੇ ਨੂੰ ਬਾਹਰ ਕੱਢਿਆ ਜਾਵੇ ਜਾਂ ਫਿਰ ਸਰਕਾਰ ਖੁਦ ਇਹ ਇਸ ਚੀਜ਼ ਨੂੰ ਵੱਲ ਧਿਆਨ ਦੇਵੇ ਤੇ ਸਾਡਾ ਮਸਲਾ ਹੱਲ ਕਰੇ। ਬਿਲਕੁਲ ਏਦਾਂ ਕੀਤਾ ਭਾਨਾ ਸਿੱਧੂ ਨੂੰ, ਮੈਂ ਆਪਣੇ ਫੋਨ ਤੋਂ ਗੱਲ ਕਰਵਾਈ ਸੀਗੀ, ਮੇਰੇ ਨਾਲ ਜੋ ਆਏ ਸੀ ਉਹਨਾਂ ਨੇ ਗੱਲ ਕੀਤੀ ਸੀ, ਸਾਹਮਣੇ ਬੈਠ ਕੇ ਗੱਲ ਹੋਈ ਸੀ, ਬਾਅਦ ਵਿੱਚ 2 ਦਿਨ ਦਾ ਇਹਨਾਂ ਨੇ ਸਮਾਂ ਮੰਗਿਆ, ਪਰ ਜਦ 2 ਦਿਨ ਬਾਅਦ ਆਏ ਤੇ ਵੀਰੇ ਦੇ ਉੱਤੇ ਕੇਸ ਪੈ ਗਿਆ ਸੀ ਤੇ ਇਹ ਭੱਜ ਗਏ ਇੱਥੋਂ। ਨਹੀਂ ਉਹ ਤਾਂ ਕਹਿੰਦੇ ਭਾਨਾ ਸਿੱਧੂ ਗਲਤ ਬੋਲਦਾ, ਗਲਤ ਕਰਦਾ, ਸਰਕਾਰ ਆਪੇ ਕਰੂ, ਤੁਸੀਂ ਸਰਕਾਰ ਕੋਲੇ ਜਾਓ, ਤੁਸੀਂ ਪੁਲਿਸ ਕੋਲੇ ਜਾਓ। ਸਰਕਾਰ ਕੁਛ ਵੀ ਨਹੀਂ ਕਰ ਰਹੀ, ਹੁਣ ਅਸੀਂ ਜੇ ਕੇਸ ਵੀ ਕਰਦੇ ਹਾਂ ਤਾਂ ਵੀ ਸਰਕਾਰਾਂ ਬਿਲਕੁਲ ਹਥਾਪੀ ਬੈਠੀਆਂ ਨੇ, ਉਹਨਾਂ ਨੂੰ ਕੋਈ ਮਸਲਾ ਨਹੀਂ ਗਾ ਕਿ ਚਾਹੇ ਕਿਹਦੇ ਕਿੰਨੇ ਡੁੱਬੇ ਕਿਹਦੇ ਕਿੰਨੇ ਨਹੀਂ ਡੁੱਬੇ, ਸਾਰੇ ਆਪਣੇ ਪੈਸੇ ਬਣਾਉਣ ਤੇ ਲੱਗੇ ਹੋਏ ਆ। ਮੇਨ ਜਿਹੜਾ ਬੰਦਾ ਉੱਠਦਾ ਉਹਨੂੰ ਦਬਾ ਕੇ ਨੀਚੇ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਡੀ ਇਹ ਬੇਨਤੀ ਕਿ ਭਾਨੀ ਨੂੰ ਹੀ ਵਾਪਸ ਲਿਆਂਦਾ ਜਾਵੇ ਜਾਂ ਫਿਰ ਪੁਲਿਸ ਸਾਡਾ ਕੁਛ ਨਾ ਕੁਛ ਕਰੇ। ਤੁਹਾਨੂੰ ਸਰਕਾਰ ਨਾਲੋਂ ਵੱਧ ਯਕੀਨ ਭਾਨੇ ਤੇ ਆ ਕਿ ਉਹ ਪੈਸੇ ਦਬਾਊਗਾ? ਬਹੁਤ ਜ਼ਿਆਦਾ ਯਕੀਨ ਭਾਨੇ ਤੇ ਹੀ ਆ, ਸਰਕਾਰਾਂ ਤੇ ਨਹੀਂ ਗਾ। ਸਰ ਉਹਨਾਂ ਨੇ ਕਾਲ ਕੀਤੀ ਸੀ, ਉਹਨਾਂ ਦੇ ਕਾਲ ਤੋਂ ਨੈਕਸਟ ਡੇ ਬਾਅਦ ਹੀ ਭਾਨਾ ਸਿੱਧੂ ਵੀਰ ਦੇ ਇਹਨਾਂ ਨੇ ਸਾਡੇ ਨਾਲ ਕਿਹਾ ਸੀ ਕਿ ਅਸੀਂ ਕੋਈ ਨਾ ਕੋਈ ਸੈਟਲਮੈਂਟ ਕਰਾਂਗੇ। ਹੁਣ ਅੱਜ ਉਹ ਅੰਦਰ ਹੈ, ਨੈਕਸਟ ਡੇ ਮੁੱਕਰ ਗਏ ਹੈ, ਤਾਂ ਹੁਣ ਅਸੀਂ ਕਿਹਦੇ 'ਤੇ ਯਕੀਨ ਕਰੀਏ? ਦੱਸੋ, ਸਰਕਾਰ ਕਹਿੰਦੀ ਸਾਡੇ ਕੋਲ ਪੁਲਿਸ ਕੋਲ ਜਾਓ। ਸਰ ਪੁਲਿਸ ਜੇ ਉਹ ਗੱਲ ਕਰਦੇ ਹੈ ਤਾਂ ਉਹ ਟੇਬਲ ਟਾਕ ਕਰਕੇ ਸਾਡਾ ਜਲਦੀ ਨਿਬੜ ਜਾਂਦਾ ਹੈ। ਹੁਣ ਦੇਖੋ ਅਸੀਂ ਪ੍ਰੋਸੈਸ 'ਚ ਫਸ ਗਏ ਹਾਂ, ਹੁਣ ਅਸੀਂ ਗੌਰਮੈਂਟ ਦੀ ਰਿਕੁਐਸਟ ਕਰ ਰਹੇ ਹਾਂ, ਜੇ ਉਹ ਨਹੀਂ ਗਏ ਤਾਂ ਫਿਰ ਪਤਾ ਲੱਗ ਜਾਏਗਾ ਵੀ ਕੌਣ ਸਾਡਾ ਹੈਲਪ ਕਰਦਾ। ਅਸੀਂ ਸਿਟੀਜ਼ਨ ਹਾਂ, ਗੌਰਮੈਂਟ ਦੀ ਡਿਊਟੀ ਬਣਦੀ ਬਣਦੀ ਹੈ ਸਰ। ਪ੍ਰੈਸ਼ਰ ਵੀ ਭਾਨੇ ਦੇ ਕਰਕੇ ਪਿਆ, ਭਾਨੇ ਨੇ ਗੱਲ ਕੀਤੀ ਤਾਂ ਹੀ ਏਜੰਟ ਆਪਣਾ ਕੰਮ ਛੱਡ ਕੇ ਭੱਜਣ ਨੂੰ ਤਿਆਰ ਹੋਇਆ ਤਾਂ ਕਿ ਉਹਦਾ ਇੱਥੇ ਜਲੂਸ ਨਾ ਨਿਕਲੇ।
ਦਿੱਤਾ ਕਿ ਲਾਈਵ ਹੋ ਕੇ ਭਾਨਾ ਉਹਨਾਂ ਦੀਆਂ ਖਬਰਾਂ ਨਾ ਉਡਾ ਦੇਵੇ। ਹਾਂਜੀ ਮਾਤਾ ਕੀ ਕਹਿੰਦੇ? ਮੈਂ ਇਹਨਾਂ ਦੀ ਮਾਤਾ ਹਾਂ ਰਾਜੇ, ਉਹਨਾਂ ਨੇ ਕਿਹਾ ਸੀ ਅਸੀਂ ਨਹੀਂ ਲਾਈਵ ਹੋ ਜਾਵਾਂਗੇ ਜੇ ਤੁਸੀਂ ਪੈਸੇ ਨਾ ਦਿੱਤੇ। ਉਹ ਫਿਰ ਸਾਨੂੰ ਦੂਸਰੇ ਦਿਨ ਕਹਿੰਦੇ ਵੀ ਅਸੀਂ ਚੈੱਕ ਦੇਵਾਂਗੇ, ਚੈੱਕ ਲੈ ਜਾਓ। ਜੋ ਤੀਸਰੇ ਦਿਨ ਆਏ ਉਦੋਂ ਬੰਦ ਸੀਗਾ ਇਹ। ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਸਿਮਰਨ ਹੈ। ਕਿੱਥੋਂ ਆਏ ਤੁਸੀਂ? ਮੈਂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਜੀ। ਹਾਂਜੀ, ਤੁਹਾਡਾ ਕੀ ਮਸਲਾ, ਕਿੰਨੇ ਕੁ ਪੈਸੇ? ਮੇਰਾ ਇੱਥੇ ਟੋਟਲ 8.5 ਲੱਖ ਰੁਪਇਆ। ਥੋੜੇ ਟਾਈਮ ਤੋਂ ਆਣ ਕੇ ਇਹਨਾਂ ਨੇ ਸਾਡੀਆਂ ਕਾਲਸ ਚੱਕਣੀਆਂ ਬੰਦ ਕਰ ਦਿੱਤੀਆਂ ਸੀਗੀਆਂ। ਅਪਾਰਟਮੈਂਟ ਮੰਗਣੀ, ਅਪਾਰਟਮੈਂਟ ਨਹੀਂ ਦੇਣੀ। ਫਿਰ ਅਸੀਂ ਦੋ ਵਾਰ ਵੈਸੇ ਵਿਜਿਟ ਕੀਤੀ ਇਹਨਾਂ ਕੋਲੋਂ ਵਿਦਆਊਟ ਐਨੀ ਅਪਾਰਟਮੈਂਟ, ਤੇ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ ਵੀ ਜਿੱਦਾਂ 24 ਤਰੀਕ ਨੂੰ ਤੁਸੀਂ ਸਾਨੂੰ ਨਾਲ ਕੰਟੈਕਟ ਕਰਿਓ, ਅਸੀਂ ਤੁਹਾਨੂੰ ਤੁਹਾਡਾ ਮਸਲਾ ਹੱਲ ਕਰਾਂਗੇ। ਠੀਕ ਹੈ, ਇਹਨਾਂ ਨੇ ਕਾਲ ਜਿੱਦਣ ਲਗਾਈ ਹੈ ਕੋਈ ਕਾਲ ਨਹੀਂ ਚੁੱਕੀ, ਨੈਕਸਟ ਡੇ ਵੀ ਕਾਲ ਕੀਤੀ ਨਹੀਂ ਚੁੱਕੀ, ਅਸੀਂ ਪਰੇਸ਼ਾਨ ਹੋ ਗਏ। ਆਫਟਰ ਦੈਟ ਅਸੀਂ ਥਰਸਡੇ ਇੱਥੇ ਆਏ ਹਾਂ। ਥਰਸਡੇ ਜਦੋਂ ਆਏ ਹਾਂ ਤਾਂ ਆ ਕੇ ਦੇਖਿਆ ਤਾਂ ਕਾਫੀ ਲੋਕ ਇਕੱਠੇ ਹੋਏ ਆ ਵੀ ਸਾਡਾ ਪੈਸਾ ਸਾਰਾ, ਜਾਣੀ ਕਿ ਕਾਫੀ ਜਾਣੇ ਸਾਨੂੰ ਮਿਲੇ ਆ, ਪਰ ਕਿਸੇ ਸਾਰਿਆਂ ਨਾਲ ਜਾਣੀ ਕਿ ਸਕੈਮ ਹੋ ਗਿਆ ਇੱਕ ਹਿਸਾਬ ਦਾ ਬਹੁਤ ਵੱਡਾ। ਠੀਕ ਹੈ ਨਾ, ਤੇ ਮੈਨੂੰ ਉਦਣ ਹੀ ਕਾਲ ਆਉਂਦੀ ਹੈ ਇੱਥੋਂ ਦੀ ਇੱਕ ਲੜਕੀ ਦੀ। ਠੀਕ ਹੈ, ਤੇ ਉਹ ਕਹਿੰਦੀ ਹੈ ਕਿ ਨਹੀਂ ਅਸੀਂ ਤੁਹਾਡਾ ਸੈਟਲਮੈਂਟ ਕਰਾਂਗੇ। ਠੀਕ ਹੈ, ਸੈਟਲਮੈਂਟ ਕਰਾਂਗੇ। ਫਿਰ ਮੈਨੂੰ ਫਰਾਈਡੇ ਵੀ ਉਹਨਾਂ ਦੀ ਕਾਲ ਆਉਂਦੀ ਹੈ ਕਿ ਮੈਮ ਨਹੀਂ ਅਸੀਂ ਤੁਹਾਡਾ ਸੈਟਲਮੈਂਟ ਕਰਨ ਨੂੰ ਤਿਆਰ ਹਾਂ। ਠੀਕ ਹੈ, ਅਸੀਂ ਤੁਹਾਡਾ ਮੰਡੇ ਗੱਲ ਕਰਦੇ ਹਾਂ। ਮੈਨੂੰ ਸੈਟਰਡੇ ਫਿਰ ਉਹਨਾਂ ਦੀ ਕਾਲ ਆਉਂਦੀ ਹੈ। ਅੱਜ ਮੰਡੇ ਮੈਨੂੰ ਉਹਨਾਂ ਨੇ 11 ਦਾ ਟਾਈਮ ਦਿੱਤਾ ਸੀਗਾ, ਮੈਂ ਇੱਥੇ ਆਈ ਹੋਈ ਹਾਂ, ਬਟ ਕੋਈ ਵੀ ਨਹੀਂ ਹੈਗਾ, ਤਾਂ ਫਿਰ ਅਸੀਂ ਕਿੱਥੇ ਜਾਈਏ ਜਦੋਂ ਕੋਈ ਨਹੀਂ ਹੈ? ਤੁਸੀਂ ਕੈਸੀ ਪਾਣੇ ਕੋ? ਨਹੀਂ, ਮੈਂ ਸੌਰੀ, ਮੈਂ ਨਹੀਂ ਗਈ। ਦੂਸਰੀ ਚੀਜ਼ ਇਹ ਹੈ, ਇਹਨਾਂ ਦੇ ਹੁਣ ਪਤਾ ਲੱਗ ਰਿਹਾ ਕਿ ਇੱਕ ਆਫਿਸ ਨਹੀਂ ਗਾ, 2 ਤੋਂ 3 ਆਫਿਸ ਆ, ਅਲੱਗ ਅਲੱਗ ਬ੍ਰਾਂਚਾਂ ਨੇ, ਅਲੱਗ ਅਲੱਗ ਬ੍ਰਾਂਚਾਂ ਤੋਂ ਕਾਫੀ ਬੱਚਿਆਂ ਦੇ ਨਾਲ ਸਕੈਮ ਹੋਇਆ। ਤੇ ਫਿਰ ਜਿਹੜੇ ਦੂਜੇ ਆਫਿਸ ਨੇ ਉਹਨਾਂ ਤੇ ਤੁਸੀਂ ਵਿਜ਼ਿਟ ਕੀਤਾ? ਉਹਨਾਂ ਦੇ ਵਿਜ਼ਿਟ ਸਾਰੇ, ਹਾਂਜੀ, ਉਹ ਸਾਰੇ ਬੰਦ ਨੇ। ਹਾਂਜੀ, ਉਹ ਹੈ ਨਹੀਂ ਵਾਲੇ ਵੀ, ਉਹ ਸਾਰੇ ਬੰਦ ਹੋਏ ਪਏ ਨੇ ਕੁਝ। ਹਾਂਜੀ ਭਾਈ, ਅਸੀਂ ਟੋਟਲ 25 ਮੈਂਬਰਾਂ ਦੀ ਇੱਕ ਲਿਸਟ ਬਣਾਈ ਹੈ। ਇਹ ਚ ਆਪਾਂ ਜਿਹੜੇ ਇੱਥੇ ਬੈਠੇ ਆ ਸਾਰੇ 25 ਬੰਦੇ ਹੈਗੇ ਆ। ਇਹ ਤਕਰੀਬਨ ਅਸੀਂ ਜੋੜ ਲਗਾਇਆ ਘੱਟ ਤੋਂ ਘੱਟ 1.5 ਤੋਂ 2 ਕਰੋੜ ਰੁਪਇਆ, ਮਤਲਬ ਕਿ ਇਹਨਾਂ ਨੇ ਸਾਡੇ 25 ਮੈਂਬਰਾਂ ਤੋਂ ਲੈ ਲਿਆ ਹੋਇਆ। ਵਧੀਆ ਕੰਮ ਕੀਤਾ। ਤਾਂ ਹੁਣ ਸਰਕਾਰ ਨੂੰ ਬੇਨਤੀ ਆ, ਜਿਹੜੀ ਸਰਕਾਰ ਕਹਿੰਦੀ ਹੈ ਕਿ ਲੋਕ ਸਾਡੇ ਕੋਲ ਆਉਣ, ਸਰਕਾਰ ਹੱਲ ਕਰੇਗੀ, ਪੁਲਿਸ ਹੱਲ ਕਰੇਗੀ, ਤਾਂ 25 ਮੈਂਬਰਾਂ ਦੇ ਪੈਸੇ ਨੇ ਇੱਕੋ ਫਰਮ ਨੇ ਦੱਬੇ ਹੋਏ। ਮੋਹਾਲੀ ਸੈਕਟਰ 82 ਦੇ ਵਿੱਚ ਇਹ ਫਰਮ ਆ, 1.5 ਤੋਂ 2 ਕਰੋੜ ਰੁਪਏ ਦਾ ਅਮਾਊਂਟ ਆ ਜਿਹੜਾ ਇਕੱਲੇ ਇਕੱਲੇ ਦਾ ਨਾਮ ਤੇ ਨੰਬਰ ਤੇ ਪੈਸੇ ਲਿਖੇ ਹੋਏ ਨੇ। ਤਾਂ ਇਹ ਸਾਰੇ ਹੁਣ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਸਰਕਾਰ ਪੈਸੇ ਦਵਾਵੇ ਭਾਨਾ ਸਿੱਧੂ ਅੰਦਰਾ, ਹੁਣ ਅਸੀਂ ਉਹਦੇ ਕੋਲ ਹੀ ਜਾਵਾਂਗੇ, ਹੁਣ ਅਸੀਂ ਸਰਕਾਰ ਕੋਲ ਆਵਾਂਗੇ, ਹੁਣ ਸਰਕਾਰ ਪੈਸੇ ਦਵਾਵੇ। ਤਾਂ ਬਾਈ ਜੀ, ਇਹ ਸਾਰਿਆਂ ਦੇ ਤੁਸੀਂ ਪੂਰੇ, ਇਹਦੇ ਕੋਈ ਲਿਸਟ, ਹਜੇ ਹੋਰ ਵੀ ਲੋਕ ਹੋਣਗੇ ਜਿਹੜੇ ਲਿਸਟ ਦੇ ਵਿੱਚ ਨਹੀਂ ਹੈਗੇ ਜੀ? ਇਹ ਤੇ ਜੀ ਜਿਹੜੇ ਅੱਜ ਆਏ ਆ ਸਾਰੇ, ਆਪਾਂ ਇੱਕ ਦੂਜੇ ਨਾਲ ਗੱਲ ਵੀ ਕੀਤੀ ਸੀ ਪਿਛਲੇ ਹਫ਼ਤੇ ਆਏ ਸੀਗੇ, ਤੇ ਉਹ ਬੰਦੇ ਜਿਹੜੇ ਆਪਾਂ ਆਏ ਆ ਉਹ ਸਾਰਿਆਂ ਦੀ ਇੱਕ ਲਿਸਟ ਬਣਾਈ ਹੈ। ਮਗਰ ਹੁਣ ਇਹ ਕਿ ਜਿੱਦਾਂ ਜਿੱਦਾਂ ਜੁੜਦੇ ਰਹਾਂਗੇ, ਆਪਾਂ ਇੱਕ ਗਰੁੱਪ ਬਣਾ ਲਿਆ ਵਟਸਐਪ ਤੇ, ਇੱਕ ਦੂਜੇ ਨੂੰ ਦੱਸਾਂਗੇ ਸਾਰੇ ਜਣੇ ਕਿ ਹਾਂ ਵੀ ਇਹ ਭਾਣਾ ਵਰਤਿਆ ਗਿਆ ਸਾਰਿਆਂ ਨਾਲ, ਇਹ ਪੈਸੇ ਸਾਰਿਆਂ ਦੇ ਲਿਖੇ ਗਏ ਹੈ, ਕਿੰਨੇ ਕਿੰਨੇ ਪੈਸੇ ਜਿਹੜੇ ਜਿਹੜੇ ਆਏ ਹੈ। ਨਹੀਂ ਬਿਲਕੁਲ, ਜਿਸ ਤਰ੍ਹਾਂ ਸਰਕਾਰ ਨੇ ਕਿਹਾ, ਅਸੀਂ ਵੀ ਤੁਹਾਨੂੰ ਬੇਨਤੀ ਕਰਾਂਗੇ ਕਿ ਪੁਲਿਸ ਕੋਲ ਜਾਓ, ਆਪਣਾ ਕੇਸ ਦਰਜ ਕਰਵਾਓ, FIR ਕਰਵਾਓ, ਤੇ ਆਪਣੇ MLAs ਨੂੰ, ਮੰਤਰੀ ਜੋ ਵੀ ਲੱਗਦੇ ਨੇ ਉਹਨਾਂ ਨੂੰ ਜਾ ਕੇ ਅਪੀਲ ਕਰੋ, ਕਿਉਂਕਿ ਸਰਕਾਰ ਨੇ ਕਿਹਾ ਕਿ ਕੰਮ ਲੋਕਾਂ ਦਾ ਨਹੀਂ ਹੈ, ਕੰਮ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ, ਸਰਕਾਰ ਪੈਸੇ ਵਾਪਸ ਕਰਾਊਗੀ। ਬਿਲਕੁਲ ਜੀ ਬਿਲਕੁਲ, ਉਹਨਾਂ ਨੇ, ਅਸੀਂ ਸਾਰੇ ਜਣੇ ਇਕਜੁੱਟ ਹੋ ਕੇ ਜਾ ਰਹੇ ਹਾਂ ਪੁਲਿਸ ਥਾਣੇ, ਉੱਥੇ ਜਾ ਕੇ ਲਿਖਵਾਵਾਂਗੇ, FIR ਕਰਾਵਾਂਗੇ ਜੀ। ਹਾਂਜੀ, ਤੁਸੀਂ ਕੁਛ ਕਹਿ ਰਹੇ ਸੀ? ਹਾਂਜੀ, ਅੱਛਾ, ਤੁਸੀਂ ਇੱਕ ਦੱਸ ਰਹੇ ਸੀ ਕਿ ਤੁਸੀਂ ਇੱਥੇ ਆਉਂਦੇ ਹੋ, ਤੁਹਾਨੂੰ ਕੋਈ ਮਿਲਦਾ ਨਹੀਂ, ਤੇ ਜਦੋਂ ਫਿਰ ਤੁਸੀਂ ਇੱਥੇ ਕੋਈ, ਤੁਸੀਂ ਕਹਿ ਰਹੇ ਸੀ ਤੁਸੀਂ ਕੁਛ ਲਿਖ ਕੇ ਗਏ ਸੀ ਇੱਥੇ? ਜਾਣੇ ਇੱਥੇ ਨੰਬਰਸ ਲਿਖ ਕੇ ਜਾਣੇ ਤੇ ਇਹ ਵੀ ਲਿਖ ਦੇਣਗੇ ਫਰਮ ਦੇ ਜਿੰਨੇ ਵੀ ਬੱਚੇ ਆ ਇੱਥੇ ਆ ਰਹੇ ਉਹਨਾਂ ਨਾਲ ਵੀ ਫਰੋਡ ਹੋਇਆ, ਸਾਡੇ ਗਰੁੱਪ ਨੂੰ ਜੁਆਇਨ ਕਰੋ। ਬਟ ਇੱਥੇ ਰੋਜ਼ ਮਿਟਾ ਦਿੱਤਾ ਜਾਂਦੀ ਹੈ ਉਹ ਚੀਜ਼, ਇਹ ਨਹੀਂ ਪਤਾ ਕੌਣ ਮਿਟਾਉਂਦਾ ਹੈ, ਬਟ ਇੱਥੇ ਕੋਈ ਨਾ ਕੋਈ ਬੰਦਾ ਉਹਨਾਂ ਦਾ ਮੌਜੂਦ ਸਾਨੂੰ ਪੱਕਾ ਹੈ, ਸ਼ੱਕ ਹੈ ਕਿ ਹੈਗਾ। ਹਾਂਜੀ, ਤੁਸੀਂ ਸੇਮ? ਨਹੀਂ, ਮੇਰੇ ਬ੍ਰਦਰ ਨੇ ਵੀ ਇੱਥੇ ਕੈਨੇਡਾ ਦੀ PR ਹੀ ਲਗਾਈ ਸੀ, ਉਹਦੇ ਕੋਲ 10 ਲੱਖ ਲਿਆ ਇਹਨਾਂ ਨੇ।
ਠੀਕ ਹੈ ਨਾ, ਪਰ ਇਹ ਹੈ ਵੀ ਪੈਸੇ ਤੇ ਲੈ ਲੈ ਕਮ ਸੇ ਕਮ, ਕੰਮ ਤਾਂ ਕਰਾਉਂਦੇ, ਜੇ ਕੰਮ ਨਹੀਂ ਕਰਾਉਣਾ ਤੇ ਕੁਛ ਨਾ ਕਰਦੇ ਹੋ ਜਿਆ, ਪੈਸੇ ਵਾਪਸ ਕਰੋ ਜੇ ਨਹੀਂ ਕੰਮ। ਉਹੀ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਪੈਸੇ ਵਾਪਸ ਕਰੋ ਨਾ ਸਾਡੇ, ਪਰ ਪੈਸੇ ਕਹਿੰਦੇ ਮੈਮ ਤੁਹਾਡੇ ਨਾਲ ਸੈਟਲਮੈਂਟ ਕਰ ਲਾਂਗੇ ਮੰਡੇ 11 ਵਜੇ, ਮੰਡੇ ਨੂੰ 11 ਵਜੇ ਤੁਹਾਡੇ ਨਾਲ ਸੈਟਲਮੈਂਟ ਕਰਾਂਗੇ, ਕੋਈ ਨਾ ਟੇਬਲ ਟੋਕ ਕਰਾਂਗੇ, ਕੋਈ ਗੱਲ ਨਹੀਂ ਹੈ। ਪਰ ਹੁਣ ਸਾਨੂੰ ਇੱਥੇ ਕੋਈ ਮੱਥੇ ਨਹੀਂ ਲੱਗਦਾ, ਤੁਸੀਂ ਕੰਧਾਂ ਨਾਲ ਗੱਲਾਂ ਕਰੀਏ। ਇਹ ਜਿਸ ਤਰ੍ਹਾਂ ਪਵਨ ਆਖ ਰਹੇ ਨੇ ਕਿ ਇਹ ਕੁਛ ਲਿਖ ਕੇ ਜਾਂਦੇ ਨੇ ਕੰਧ ਦੇ ਕੇ, ਜਿਹੜਾ ਜਸਪ੍ਰੀਤ ਦੀਦੀ ਆਉਂਦੇ ਆ ਉਹ ਇੱਥੇ ਨਾ, ਇਹਨਾਂ ਨੇ ਸਭ ਤੋਂ ਪਹਿਲੇ ਦਿਨ ਉਹਨਾਂ ਨੇ ਲਿਖਿਆ ਵੀ ਮੇਰੇ ਨਾਲ ਫਰੋਡ ਹੋ ਗਿਆ, ਇੰਨੇ ਪੈਸੇ ਮੇਰੇ ਮਰ ਗਏ, ਸਾਡੇ ਮੇਰੇ ਨਾਲ ਕੰਟੈਕਟ ਕਰੋ। ਅਸੀਂ ਉਹਨਾਂ ਨਾਲ ਕੰਟੈਕਟ ਕੀਤਾ, ਅਗਲੇ ਦਿਨ ਆਣ ਕੇ ਦੇਖਿਆ ਤੇ ਸਾਰਾ ਮਿਟਿਆ ਹੋਇਆ ਸੀਗਾ, ਮਾਰਕਰ ਨਾਲ ਲਿਖਿਆ ਸੀ, ਕੋਈ ਵਾਈਟ ਕਲਰ ਫੇਰ ਗਿਆ, ਸ਼ਰਟ ਦੇ ਉੱਤੇ ਨੰਬਰ ਮਿਟਾ ਗਿਆ, ਹਾਲੇ ਵੀ ਉੱਥੇ ਲਿਖੇ ਹੋਏ ਆ ਦੇਖੋ, ਉੱਪਰ ਸ਼ਰਟ ਦੇ ਉੱਤੇ ਸਾਰੇ ਪੈਚਿਸ ਦੇ ਨਾਲ ਕੰਧ ਦੇ ਉੱਤੇ ਕਲਰ ਫੇਰਿਆ ਹੋਇਆ। ਤਾਂ ਅਖੀਰ ਤੇ ਅਪੀਲ ਫਿਰ ਸਰਕਾਰ ਨੂੰ ਆ, ਕਿਉਂਕਿ ਇਹਨਾਂ ਨੇ ਸਾਨੂੰ ਸੰਪਰਕ ਕੀਤਾ ਕਿ ਅਸੀਂ ਆਪਣੀ ਆਵਾਜ਼ ਰੱਖਣੀ ਚਾਹੁੰਦੇ ਹਾਂ, ਤਾਂ ਅਸੀਂ ਇਹਨਾਂ ਦੀ ਆਵਾਜ਼ ਚੱਕ ਰਹੇ ਹਾਂ, ਇਹ ਪੁਲਿਸ ਪ੍ਰਸ਼ਾਸਨ ਤੱਕ, ਸਰਕਾਰ ਤੱਕ, ਜਿੱਥੇ ਵੀ ਪਹੁੰਚਦੀ ਆ। ਤਾਂ ਇਨੀਸ਼ੀਏਟਿਵ ਲੈ ਕੇ ਇਹਨਾਂ ਦੀ ਆਵਾਜ਼ ਜਿਹੜੀ, ਜੋ ਵੀ ਇਹਨਾਂ ਦੇ ਨਾਲ ਸਕੈਮ ਹੋਇਆ, ਤਾਂ ਇਹਨਾਂ ਦੇ ਪੈਸੇ ਆ ਜਿਹੜੇ ਵਾਪਸ ਕਰਵਾਏ ਜਾਣ, ਜਾਂ ਇਹ ਆਖ ਰਹੇ ਕਿ ਏਜੰਟ ਸਾਡਾ ਕੰਮ ਕਰੇ, ਕਿਉਂਕਿ ਹੁਣ ਕੰਮ ਕਹਿੰਦੇ ਸਾਡਾ ਲੱਗਦਾ ਔਖਾ ਹੀ ਆ, ਕਿਉਂਕਿ ਏਜੰਟ ਭੱਜ ਚੁੱਕਿਆ, ਤਾਂ ਸਾਡੇ ਪੈਸੇ ਨੇ ਜਿਹੜੇ ਉਹ ਵਾਪਸ ਕਰਵਾਏ ਜਾਣ। ਤੁਸੀਂ ਅੱਖਰ ਦੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ।